सानू उत्थों हज़ारां की गिणती विच पुलिस ने जिहड़ा जबरदस्ती चुकिया सी और चौके ते इहनां नूं जिहड़ा सी आ जिहड़ा हस्पताल है इहनूं एक जेल दा जेल नुमा बना के ते इहदे विच इत्थे इहनां नूं बंद किया गया ते इह जिहड़ियां साडियां सत्त मंगां सी बिजली बोर्ड दे नाल संबंधित उह अज मन्नियां गईआं ने ते लिखती तौर उत्ते उह सरकूलर जिहड़े ने तुहाडे सामने तुहानूं विखाए गए ने उत्थे प्रेस दे विच ਉਹ ਪ੍ਰਾਪਤ ਹੋਣ ਤੋਂ ਬਾਅਦ ਸੱਤ ਮੰਗਾਂ ਸੀ ਸੱਤ ਦੀ ਸੱਤ ਮੰਗਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਉੱਤੇ ਸਰਕਾਰ ਨੇ ਲਿਖਤੀ ਤੌਰ ਤੇ ਸਹਿਮਤੀ ਦਿੱਤੀ ਲਿਖਤੀ ਤੌਰ ਤੇ ਜੀ ਸਰਕੂਲਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਦੇਰ ਨਹੀਂ ਕਾਫੀ ਹੋ ਗਈ ਇੰਨਾ ਇਹਨੇ ਵਿਵਾਦ ਤੋਂ ਬਾਅਦ ਜਾਰੀ ਹੋਇਆ ਸਰਕਾਰ ਜੇਕਰ ਪਹਿਲਾਂ ਕਰ ਦਿੰਦੀ ਤਾਂ ਸ਼ਾਇਦ ਨਾ ਐਡਾ ਕੁਝ ਹੋ ਮੈਂ ਦੋਸਤੋ इस वेले मेरे नाल बलदेव सिंह सिरसा किसान आगू मौजूद ने पटियाला दे विच असीं मौजूद हाँ पंजाब सरकार दे नाल जिहड़ा एसटीएम गैर राजनीतिक बनिया होया सी जिहदा पावर कॉम दे सामने धरना चलदा सी आखिर सरकार दे नाल सहमति बन गई धरना उत्थों हटाता गया सी धरना हटाने तों बाद भी जगजीत सिंह डल्लेवाल अपने साथियों समेत मरण वार ते बैठे सी इस ते गलबात करन दे लई साडे नाल सिरसा साहब ने सिरसा साहब की गलबात हुई आखिर सरकार दे नाल देखो पहली गल ते मैं करां कि सानू जदों उत्थों हटाया गया सहमति नाल नहीं सी हटाया गया सानू उत्थों हज़ारां की गिणती विच पुलिस ने जिहड़ा जबरदस्ती चुकिया सी और साडे जिहड़े भी आगू साहिबान जिस तरह के सरदार जगजीत सिंह डल्लेवाल ते आ मेरे सज्जे पासे कुलविंदर सिंह पंजौला ते तरसेम सिंह सागचोवाली इस तरह सुखजीत सिंह ते सुखदीप सिंह ये जिहड़े पंजे बंदे मरण वक्ते उत्थे बैठे सन इन्हां नूं भी जबरदस्ती पुलिस ने जिहड़ा सी उत्थों चुकिया सी और चौके ते इन्हां नूं जिहड़ा सी आ जिहड़ा हस्पताल है इहनूं एक जेल दा जेल नुमा बना के ते इहदे विच इत्थे इन्हां नूं बंद किया गया और इन्हां ने इत्थे आ के कोई भी किसी दे किस्म दा कोई इन्हां ने कोई ट्रीटमेंट नहीं लिया और इन्हां ने अज सवेर तो इन्हां ने पानी भी छड्ड दित्ता सी जिस करके सरकार जिहड़ी आ अज पिछे हटी अपनी जिद तो ते इह जिहड़ियां साडियां सत्त मंगां सी बिजली बोर्ड दे नाल संबंधित उह अज मन्नियां गईआं ने ते लिखती तौर उत्ते उह सरकूलर जिहड़े ने तुहाडे सामने तुहानूं विखाए गए ने उत्थे प्रेस दे विच उह प्राप्त होण तों बाद सत्त मंगां सी सत्त दी सत्त मंगां जिहड़ियां हैगीआं ने उहनां दे उत्ते सरकार ने लिखती तौर ते सहमति दित्ती लिखती तौर ते जी सरकूलर जिहड़े ने उह जारी कर दित्ते आ लिखती तौर दे उत्ते सरकूलर जारी कीते ਉਹ ਦੇਰ ਨਹੀਂ ਕਾਫੀ ਹੋ ਗਈ ਇੰਨਾ ਇਹਨੇ ਵਿਵਾਦ ਤੋਂ ਬਾਅਦ ਜਾਰੀ ਹੋਇਆ ਸਰਕਾਰ ਜੇਕਰ ਪਹਿਲਾਂ ਕਰ ਦਿੰਦੀ ਤਾਂ ਸ਼ਾਇਦ ਨਾ ਐਡਾ ਕੁਝ ਹੋ ਮੈਂ ਇਹ ਗੱਲ ਕਵਾਂਗਾ ਇਹ ਸਵਾਲ ਤੁਹਾਡਾ ਬੜਾ ਅਹਿਮ ਹੈ ਮੈਂ ਇਹ ਗੱਲ ਕਵਾਂਗਾ ਕਿ ਇਹ ਪਹਿਲਾਂ ਤਾਂ ਮੈਂ ਇਹ ਕਵਾਂਗਾ ਵੀ ਦੇਰ ਆਏ ਅਤੇ ਦਰੁਸਤ ਆਏ ਦੂਸਰੀ ਗੱਲ ਇਹ ਆ ਕਿ ਜਦੋਂ ਅਸੀਂ 26 ਮਈ ਨੂੰ ਮੀਟਿੰਗ ਕਰਕੇ ਅਤੇ ਐਲਾਨ ਕੀਤਾ ਸੀ ਕਿ ਜੇ 8 ਜੂਨ ਤੱਕ ਸਾਡੀਆਂ ਮੰਗਾਂ ਪਾਵਰਕੌਮ ਨੇ ਨਾ ਪ੍ਰਵਾਨ ਕੀਤੀਆਂ ਇਹਨਾਂ ਨੂੰ ਜੇ ਸਰਕੂਲਰ ਜਾਰੀ ਨਹੀਂ ਕਰਦੇ ਤੇ ਫਿਰ ਅਸੀਂ 8 ਜੂਨ ਤੋਂ ਉੱਥੇ ਧਰਨੇ ਤੇ ਬੈਠਾਂਗੇ ਔਰ ਧਰਨਾ ਜਦੋਂ ਅਸੀਂ ਧਰਨਾ ਲਾਉਣ ਵਾਸਤੇ ਆਏ ਤੇ ਇਹ ਜਿਹੜਾ ਹੈਗਾ ਸੀ ਸੀਐਮ ਉਹ ਆਪਣਾ ਬਿਜਲੀ ਬੋਰਡ ਦਾ ਚੇਅਰਮੈਨ ਉਹ ਉੱਥੋਂ ਭਗੌੜਾ ਹੋ ਗਿਆ ਫਿਰ ਅਸੀਂ ਜਿਹੜਾ ਸੀ ਉੱਥੇ 2 ਵਜੇ ਇਹ ਐਲਾਨ ਕਰ ਦਿੱਤਾ ਵੀ ਜੇ 20 ਮਿੰਟਾਂ ਦੇ ਅੰਦਰ ਅੰਦਰ ਚੇਅਰਮੈਨ ਆ ਕੇ ਸਾਡੀ ਗੱਲਬਾਤ ਕਰਕੇ ਜਿਹੜੇ ਸਾਡੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਗੱਲ ਨਹੀਂ ਕਰਦਾ ਪ੍ਰਵਾਨਗੀ ਨਹੀਂ ਕਰ ਦਿੰਦਾ ਤਾਂ ਫਿਰ ਸਾਡਾ ਜਿਹੜਾ ਉਹ ਅਸੀਂ ਇੱਥੇ ਇਹਨੂੰ ਜਿਹੜਾ ਗੇਟ ਨੇ ਜਿਹੜੇ ਉਹ ਬੰਦ ਕੀਤੇ ਜਾਣਗੇ ਲੇਕਿਨ ਸਰਕਾਰ ਕਿਸ ਨੀਤੀ ਨਾਲ ਚੱਲ ਰਹੀ ਸੀ ਸਰਕਾਰ ਸਾਨੂੰ ਬਦਨਾਮ ਕਰਨ ਵਾਸਤੇ ਜਿਹੜੇ ਪੰਜਾਬ ਦੇ ਜਿਹੜੇ ਦਫ਼ਤਰ ਨੇ ਉਹ 2 ਤੋਂ 2:30 ਵਜੇ ਤੱਕ ਸਾਰੇ ਦੇ ਸਾਰੇ 2:30 ਵਜੇ ਤੱਕ ਨੇ ਉਸ ਤੋਂ ਬਾਅਦ ਨਹੀਂ ਲੇਕਿਨ ਅਸੀਂ ਜਿਹੜੇ ਗੇਟ ਨੇ ਉਹ 3 ਵਜੇ ਬੰਦ ਕੀਤੇ ਆ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਸਮੇਤ ਬੀਬੀਆਂ ਔਰ ਸਾਨੂੰ ਉੱਥੇ ਇਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਜਿਹੜਾ ਸੀ ਉਹ ਮੁਲਾਜ਼ਮ ਬੀਬੀਆਂ ਤੱਕ ਵੀ ਜਿਹੜੇ ਨੇ ਅੰਦਰ ਤਾੜ ਕੇ ਰੱਖੇ ਅਤੇ ਉਹਦੇ ਵਿੱਚ ਕਈ ਪੱਤਰਕਾਰ ਜਿਨ੍ਹਾਂ ਨੂੰ ਨਹੀਂ ਸੀ ਵੀਰਾਂ ਨੂੰ ਪਤਾ ਵੀ ਅਸੀਂ ਬੰਦ ਉਹਨਾਂ ਨੂੰ ਕਿਸ ਤਰ੍ਹਾਂ ਕੀਤਾ ਅਤੇ ਕਿਉਂ ਕੀਤਾ ਉਹ ਵੀ ਸਾਡੇ ਖਿਲਾਫ਼ ਇਹਨਾਂ ਨੇ ਜਿਹੜਾ ਸੀ ਉਹ ਪ੍ਰਾਪੇਗੰਡਾ ਜਿਹੜਾ ਉਹ ਕਰਵਾਇਆ ਲੇਕਿਨ 8 ਤਰੀਕ ਨੂੰ ਜਿਹੜਾ ਸੀ ਉੱਥੇ ਬੈਠਣ ਤੋਂ ਬਾਅਦ ਪਰਸੋਂ ਸਾਨੂੰ ਜਦੋਂ ਉੱਥੋਂ ਚੁੱਕ ਲਿਆ ਜ਼ਬਰਦਸਤੀ ਸਵੇਰੇ ਸਵੇਰ ਤੜਕੇ ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਚੁੱਕਿਆ ਗਿਆ ਔਰ ਫਿਰ ਚੁੱਕ ਕੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਇਹ ਹਸਪਤਾਲ ਨੂੰ ਇੱਕ ਜੇਲ ਬਣਾ ਕੇ ਅਤੇ ਇੱਥੇ ਸਾਡੇ ਜਿਹੜੇ 5 ਆਗੂ ਸੀ ਉਹ ਇੱਥੇ ਰੱਖੇ ਗਏ ਅਤੇ ਅੱਜ ਹੁਣ ਜਿਹੜੀਆਂ ਮੰਗਾਂ ਨੇ ਇਹ ਇਹਨਾਂ ਨੇ ਪ੍ਰਵਾਨ ਕੀਤੀਆਂ ਨੇ ਅਤੇ ਜੇ ਇਹੋ ਮੰਗਾਂ ਜਿੱਦਣ ਅਸੀਂ 26 ਮਈ ਨੂੰ ਮੀਟਿੰਗ ਕਰਕੇ ਐਲਾਨ ਕੀਤਾ ਸੀ ਜੇ ਉਦਣ ਹੀ ਸਾਡੇ ਨਾਲ ਸਾਥ ਇਹਨਾਂ ਦੇ ਵਿੱਚੋਂ ਕੋਈ ਮੰਗਾਂ ਉਹ ਵੀ ਸੀ ਜਦੋਂ ਚੰਡੀਗੜ੍ਹ ਦੇ ਵਿੱਚ ਧਰਨਾ ਦਿੱਤਾ ਗਿਆ ਸੀ ਡੱਲੇਵਾਲ ਸਾਹਿਬ ਦੱਸ ਰਹੇ ਸੀ ਕਿ ਉਦੋਂ ਸਰਕਾਰ ਮੰਨ ਗਈ ਸੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਸਾਲ ਬਾਅਦ ਫਿਰ ਸੜਕ 'ਤੇ ਦੇਖੋ ਇਹ 18 ਮਈ
तो लैके 2022 की 18 मई तो लैके 3 महीने बाद हां जी सरकार बनने तो 3 महीने बाद जी हां उदों तो लैके ये मंगा जिहड़ियां ने ये मनदे आ रहे हैं हर मीटिंग दे विच तुहानू प्रेस वालेयां नू वी आ गल कहिंदे रहे ने जे सीएम नाल मीटिंग होई आ तां मन लिया जे मंगा किसानां दीआं जिन्नियां मंगा सी सारियां मन लिया पर लागू तो करदे नहीं सी जिस करके अखीर नू सानू इत्थे धरना देना पिया और उन्होंने चुकिया ते इत्थे मरण वरते बैठे पए और अज जदों उन्होंने पानी भी छड्ड दित्ता तो फिर सरकार दी जिहड़ियां ने अखां खोलियां ने ते मैनूं कहिंदे जे पहलां करके कर लैंदे पर इत्थे गल इन्हां ते इक बड़ी ढुकदी है ਉਹ ਕਹਿੰਦੇ ਨੇ ਬੱਕਰੀ ਦੁੱਧ ਦਿੰਦੀ ਆ ਪਰ ਮੇਂਗਣਾ ਪਾ ਕੇ ਦਿੰਦੀ ਹੈ ਇਹਨੀ ਤੁਲਨਾ ਜਿਹੜੀ ਆ ਇਹ ਸਰਕਾਰ ਦੀ ਮੈਂ ਤਾਂ ਬੱਕਰੀ ਨਾਲ ਹੀ ਕਰੂੰਗਾ ਇਹ ਸਰਕਾਰ ਦਾ ਨਾ ਕੋਈ ਡਰ ਹੈ ਨਾ ਸਾਨੂੰ ਕੋਈ ਇਹ ਤੋਂ ਕੋਈ ਕੋਈ ਲੈਣਾ ਅਸੀਂ ਕੀ ਕਰਨਾ ਕਰਾਉਣਾ ਜਿਹੜੀਆਂ ਹੱਕੀ ਮੰਗਾਂ ਨੇ ਲੋਕਾਂ ਦੇ ਮਸਲੇ ਨੇ ਅਤੇ ਉਹ ਲੈ ਕੇ ਅਸੀਂ ਇਹਨਾਂ ਕੋਲ ਆਉਂਦੇ ਹਾਂ ਔਰ ਮੰਗਾਂ ਜਦੋਂ ਲੈ ਕੇ ਆਉਂਦੇ ਆ ਉਦੋਂ ਮੰਨ ਲੈਂਦੇ ਨੇ ਅਤੇ ਲਾਗੂ ਕਰਦੇ ਨੇ ਜਿਸ ਕਰਕੇ ਅੱਜ ਇਹਨਾਂ ਕੋਲ ਜਿਹੜੇ ਲਿਖਤੀ ਜਿਹੜੀ ਆ ਪ੍ਰਵਾਨਗੀਆਂ ਲੈ ਕੇ ਅਤੇ ਫਿਰ ਜਿਹੜਾ ਉਹ ਧਰਨਾ 'ਚ ਮਰਨ ਵਰਤ ਜਿਹੜਾ ਉਹ ਖੋਲ੍ਹਿਆ ਗਿਆ ਜਿਹੜਾ 19 ਤਰੀਕ ਦਾ ਪ੍ਰੋਟੈਸਟ ਰੱਖਿਆ ਗਿਆ ਸੀ ਖਤਮ ਫਿਰ ਹੁਣ ਉਹ ਨਹੀਂ ਜੀ ਇਹ ਵੇਖੋ ਉਹ SKM ਜਿਹੜਾ ਸਾਡਾ ਗੈਰ ਰਾਜਨੀਤਿਕ ਆ ਉਹ ਸਾਰਿਆਂ ਮੀਟਿੰਗ 'ਤੇ ਆ ਉਹ ਹੁਣ ਆਪਣੀ ਮੀਟਿੰਗ ਰੱਖਣਗੇ ਉਹਨਾਂ ਦੇ ਵਿੱਚ ਵਿਚਾਰਾ ਜਾਏਗਾ ਮੈਂ ਇਕੱਲਾ ਨਹੀਂ ਕਹਿ ਸਕਦਾ ਕਿ ਉਹ ਜਿਹੜਾ ਉਹ ਮੁਲਤਵੀ ਕੀਤਾ ਜਾਂਦਾ ਕਿਸ ਤਰ੍ਹਾਂ ਉਹਦੇ ਵਿੱਚ ਉਹ ਸਾਰੇ ਜਿਹੜੇ ਨੇ ਉਹ ਬੈਠਣਗੇ SKM ਇਹ ਹੋਗਾ ਪਰ ਮੰਗਾਂ ਤਾਂ ਇਹੋ ਹੀ ਸੀ ਜਿਹਨਾਂ ਮੰਗਾਂ ਕਰਕੇ ਉਹ ਰੈਲੀ ਰੱਖੀ ਗਈ ਸੀ ਉੱਥੇ ਹੁਣ ਕੀ ਵਿਚਾਰ ਹੁੰਦੀ ਆ ਉਹ SKM ਦੀ ਮੀਟਿੰਗ ਦੇ ਵਿੱਚ ਹੀ ਹੋਏਗਾ ਜੀ ਬਾਈ ਜੀ ਕੁਲਜਿੰਦਰ ਸਿੰਘ ਹੈ ਬਾਈ ਹੋਰਾਂ ਦਾ ਨਾਮ ਇਹ ਵੀ ਨਾਲ ਮਰਨ ਵਰਤੇ ਬੈਠੇ ਸੀ ਬਾਈ ਜੀ ਆਪਣਾ ਕੀ ਨਾਮ ਹੈ ਮੇਰਾ ਤਰਸੇਮ ਸਿੰਘ ਗਿੱਲ ਚਾਚੋ ਵਾਲੀ ਜੀ ਤਰਸੇਮ ਸਿੰਘ ਗਿੱਲ ਤੁਸੀਂ ਵੀ ਨਾਲ ਡੱਲੇਵਾਲ ਸਾਹਿਬ ਦੇ ਬੈਠੇ ਸੀ ਬਿਲਕੁਲ ਬੈਠੇ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਐਕਸਪੀਰੀਅੰਸ ਅਸੀਂ ਤੇ ਧਾਰ ਕੇ ਬੈਠੇ ਸੀਗੇ ਚਲੋ ਵਧੀਆ ਕੀਤਾ ਵੀ ਇਹਨਾਂ ਨੇ ਸਾਡੀਆਂ ਮੰਗਾਂ ਮੰਨ ਕੇ ਕਿਸਾਨਾਂ ਦੇ ਹੱਕ 'ਚ ਜਿਹੜੀਆਂ 7 ਮੰਗਾਂ ਮੰਨੀਆਂ ਵਾ ਉਹ ਫੈਸਲਾ ਕੀਤਾ ਵਾ ਅਗਰ ਜੇ ਕੋਈ ਸਰਕਾਰ ਢਿੱਲ ਮੱਥ ਕਰਦੀ ਤਾਂ ਅਸੀਂ ਪੰਜਾਂ ਨੇ ਹੀ ਇੱਕ ਆਪਣਾ ਜੀਵਨ ਜਿਹੜਾ ਸੀਗਾ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕਾਂ ਲਈ ਦਾਅ 'ਤੇ ਲਾਉਣ ਲਈ ਜੇ ਇਹ ਨਾ ਮੰਨਦੇ ਤਾਂ ਸਾਡੀ ਮੌਤ ਦੇ ਉੱਤੋਂ ਦੀ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਇਹਨਾਂ ਨੂੰ ਮੰਗਣਾ ਪੈਣਾ ਸੀ ਜੀ ਕੁਲਜਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਗੇ ਆ ਜਾਓ ਕੁਲਵਿੰਦਰ ਸਿੰਘ ਪੰਜੋਲਾ ਕੁਲਵਿੰਦਰ ਸਿੰਘ ਪੰਜੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੋ ਇਹ ਸਰਕਾਰ ਦਾ ਰਵੱਈਆ ਰਿਹਾ ਉਹ ਬਹੁਤ ਨਿੰਦਣਯੋਗ ਰਿਹਾ ਕਿਉਂਕਿ ਸਰਕਾਰ ਜੋ ਭਗਵੰਤ ਮਾਨ ਸੀ ਜੁਮਲੇਬਾਜ਼ੀ ਸੀ ਉਹ ਬੜੀ ਸੀ ਲੋਕਾਂ ਦੇ ਹਿੱਤਾਂ ਦੀ ਸੀ ਪਰ 8 ਦਿਨ ਭੁੱਖ ਹੜਤਾਲ 'ਤੇ ਲੰਘ ਗਏ 7 ਦਿਨ ਅਤੇ ਉਸ ਤੋਂ ਬਾਅਦ ਵੀ ਅਸੀਂ ਸਰਕਾਰ ਨੂੰ ਇਹ ਵਧਾਈ ਨਹੀਂ ਦਿੰਦੇ ਵੀ ਸਰਕਾਰ ਨੇ ਇਹ ਸਾਡੇ ਹੱਕ 'ਚ ਫੈਸਲਾ ਕੀਤਾ ਇਹ ਮੰਗਾਂ ਮੰਨੀਆਂ ਇਹ ਵਿੱਚ ਜੋ ਜਸਕਰਨ ਸਿੰਘ ਜੀ ਅਤੇ ਜਾਂ DGP ਸਾਹਿਬ ਅਤੇ ਉਹਨਾਂ ਦੀ ਬਦੌਲਤ ਇਹ ਸਿਰੇ ਚੜਿਆ ਪਰ ਸਰਕਾਰ ਨੂੰ ਜਿੰਨਾ ਨਿੰਦੀਏ ਉਨਾ ਥੋੜ੍ਹਾ ਏ ਕਿਉਂਕਿ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਪਿੰਡ ਪਿੰਡ ਤੋਂ ਚੱਲਾਂਗੇ ਪਰ ਅਸੀਂ ਤਾਂ ਇਹਨਾਂ ਦੇ ਸ਼ਹਿਰ 'ਚ ਆ ਗਏ ਸੀ ਇਹਨਾਂ ਦੇ ਦਫ਼ਤਰ 'ਚ ਆ ਗਏ ਸੀ ਉੱਥੋਂ ਵੀ ਇਹ ਭੱਜ ਗਏ ਇਹਨਾਂ ਦਾ ਚੇਅਰਮੈਨ ਦਾ ਹੁਣ ਤੱਕ ਮੈਂ ਕਹਿੰਦਾ ਫੋਨ ਬੰਦ ਹੈ ਪਰ ਜਿੰਨਾ ਨਿੰਦੀਏ ਇਹ ਸਰਕਾਰ ਨੂੰ ਮੈਂ ਤਾਂ ਉਨਾ ਥੋੜ੍ਹੀ ਮੰਨਦਾ ਜੀ ਸੋ ਦੋਸਤੋ ਮੇਰੇ ਨਾਲ ਸਿਰਸਾ ਸਾਹਿਬ ਮੌਜੂਦ ਸੀ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਅਤੇ ਨਾਲ ਦੋ ਉਹ ਸਾਥੀ ਜਿਹੜੇ ਮਰਨ ਵਰਤ 'ਤੇ ਬੈਠੇ ਸੀ ਆਖਰ ਸਰਕਾਰ ਦੇ ਨਾਲ ਸਮਝੌਤਾ ਹੋ ਗਿਆ ਧਰਨਾ ਹਟਾ ਤਾ ਗਿਆ ਸੀ ਪਹਿਲਾਂ ਮਰਨ ਵਰਤ 'ਤੇ ਸੀ ਅਖੀਰ ਦੇ ਵਿੱਚ ਜਾ ਕੇ ਸੰਘਰਸ਼ ਕਰ ਰਹੇ ਨਾ ਧਰਨਾਕਾਰੀਆਂ ਨੇ ਪਾਣੀ ਵੀ ਛੱਡਤਾ ਸੀ ਜਿਸ ਕਰਕੇ ਅਖੀਰ ਸਰਕਾਰ ਦੇ ਨਾਲ ਸਮਝੌਤਾ ਹੋ ਗਿਆ ਇੱਕ ਗੱਲ ਹਜੇ ਵੀ ਹੈਗੀ ਹੈ ਕਿ ਜਿਹੜੀ 19 ਤਰੀਕ ਨੂੰ ਮਹਾਂ ਰੈਲੀ ਰੱਖੀ ਗਈ ਸੀ ਜਿਹਨੂੰ ਜਬਰ ਦੇ ਵਿਰੁੱਧ ਰੈਲੀ ਦਾ ਨਾਮ ਦਿੱਤਾ ਗਿਆ ਸੀ ਉਹ ਰੈਲੀ ਹੋਊਗੀ ਜਾਂ ਨਹੀਂ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਅਗਲੇ ਪ੍ਰੋਗਰਾਮ 'ਚ ਜ਼ਰੂਰ ਦੱਸਾਂਗੇ।